हेलो एवरीवन मेरा नाम ओंकार सिंह है मैं सरकारी सीनियर सेकेंडरी स्कूल बुतला अमृतसर विखे बतौर वोकेशनल ट्रेनर सेवावान निभा रहा हाँ आज का साडा टॉपिक है इंट्रोडक्शन टू इंफॉर्मेशन एंड कम्युनिकेशन टेक्नोलॉजी इंट्रोडक्शन टू आईसीटी टू राइट अ लेटर और मेक अ रिपोर्ट वी कैन यूज़ अ वर्ड प्रोसेसर ऑन अ कंप्यूटर इंस्टेड ऑफ यूजिंग पेन एंड पेपर A word processor is a software application that helps us to create documents by typing in text making corrections arranging in neat manner and printing it beta information technology ne saada kam bada hi sukhala kar deta hai jis tarah purane samay vich assi chitthi pattr likhan layi pen ate paper di varton karde hunde si hun information technology de yug vich ਅਸੀਂ ਪੱਤਰ ਜਾਂ ਲੈਟਰ ਲਿਖਣ ਲਈ ਜਿਸ ਐਪਲੀਕੇਸ਼ਨ ਸਿਸਟਮ ਦੀ ਵਰਤੋਂ ਕਰਦੇ ਹਾਂ ਉਸ ਨੂੰ ਵਰਡ ਪ੍ਰੋਸੈਸਰ ਕਹਿੰਦੇ ਹਨ ਆਓ ਹੁਣ ਜਾਣਦੇ ਹਾਂ ਕਿ ਵਰਡ ਪ੍ਰੋਸੈਸਰ ਨੂੰ ਇਸਤੇਮਾਲ ਕਰਨ ਦੇ ਕੀ ਕੀ ਫਾਇਦੇ ਹਨ ਐਡਵਾਂਟੇਜਸ ਆਫ ਯੂジング ਅ ਵਰਡ ਪ੍ਰੋਸੈਸਰ ਇਫ ਯੂ ਵਾਂਟ ਟੂ ਐਡ ਸਮਥਿੰਗ ਐਕਸਟਰਾ অর ਰਿਮੂਵ ਸਮ ਟੈਕਸਟ ਆਫਟਰ ਗੈਟਿੰਗ ਯੂਰ ਰਿਪੋਰਟ ਚੈੱਕਡ ਬਾਈ ਅ ਟੀਚਰ ਯੂ ਕੈਨ ਈਜ਼ੀਲੀ ਡੂ ਇਟ ਇਨ ਅ ਵਰਡ ਡਾਕੂਮੈਂਟ ਵੈਨ ਮੇਕਿੰਗ ਅ ਰੈਜ਼ਿਊਮ It is important not to make any spelling mistake. A word processor helps you check spellings and grammars so that you use correct grammar, spellings, and language. If you are writing a long report and you need to work on it for several days, you can save the report and get back it to it whenever required. You can also print the document if you have to send a hard copy to someone. You can make the document attractive by adding different colors, text styles and text sizes. For example, if you want to write the title in a special style or if you want to highlight some important dates, you can do it in a word document. You can also make a poster using a word processor by inserting pictures, bullet list, tables, shapes and charts easily. ਬੇਟਾ ਵਰਡ ਪ੍ਰੋਸੈਸਰ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਭ ਤੋਂ ਪਹਿਲਾ ਫਾਇਦਾ ਇਹ ਹੈ ਕਿ ਅਸੀਂ ਪਹਿਲਾਂ ਤੋਂ ਹੀ ਕੀਤੇ ਕੰਮ ਵਿੱਚ ਜੇ ਕੋਈ ਤਬਦੀਲੀ ਕਰਨਾ ਚਾਹੁੰਦੇ ਹਾਂ ਤਾਂ ਬੜੀ ਹੀ ਆਸਾਨੀ ਨਾਲ ਥੋੜੇ ਸਮੇਂ ਵਿੱਚ ਹੀ ਤਬਦੀਲੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਦੋਂ ਅਸੀਂ ਆਪਣਾ ਰੈਜ਼ਿਊਮ ਬਣਾਉਣਾ ਹੁੰਦਾ ਹੈ ਤਾਂ ਸਭ ਤੋਂ ਜ਼ਰੂਰੀ ਧਿਆਨ ਵਿੱਚ ਰੱਖਣ ਵਾਲੀ ਇਹ ਗੱਲ ਹੁੰਦੀ ਹੈ ਕਿ ਕੋਈ ਸਪੈਲਿੰਗ ਮਿਸਟੇਕ ਨਾ ਹੋਵੇ ਵਰਡ ਪ੍ਰੋਸੈਸਰ ਦੀ ਮਦਦ ਨਾਲ ਅਸੀਂ ਆਸਾਨੀ ਨਾਲ ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰ ਸਕਦੇ ਹਾਂ ਜੇਕਰ ਅਸੀਂ ਕੋਈ ਬਹੁਤ ਵੱਡੀ ਰਿਪੋਰਟ ਬਣਾ ਰਹੇ ਹਾਂ ਜਿਸ ਨੂੰ ਬਣਾਉਣ ਵਿੱਚ ਬਹੁਤ ਸਾਰੇ ਦਿਨ ਲੱਗਦੇ ਹਨ ਤਾਂ ਤੁਸੀਂ ਇਸ ਰਿਪੋਰਟ ਨੂੰ ਸੇਵ ਕਰਕੇ ਰੱਖ ਸਕਦੇ ਹੋ ਜਦੋਂ ਵੀ ਜ਼ਰੂਰਤ ਹੋਵੇ ਦੁਬਾਰਾ ਖੋਲ੍ਹ ਕੇ ਕੰਮ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਡਾਕੂਮੈਂਟ ਦੀ ਹਾਰਡ ਕਾਪੀ ਚਾਹੀਦੀ ਹੈ ਤੇ ਤੁਸੀਂ ਆਪਣੇ ਟਾਈਪ ਕੀਤੇ ਹੋਏ ਮੈਟਰ ਦਾ ਪ੍ਰਿੰਟ ਵੀ ਲੈ ਸਕਦੇ ਹੋ ਜੇ ਤੁਸੀਂ ਆਪਣੇ ਡਾਕੂਮੈਂਟ ਨੂੰ ਆਕਰਸ਼ਿਤ ਅਤੇ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਵੱਖਰੇ ਵੱਖਰੇ ਕਲਰ ਕਰ ਸਕਦੇ ਹੋ ਵੱਖਰੇ ਵੱਖਰੇ ਸਟਾਈਲ ਦੇ ਸਕਦੇ ਹੋ ਇਹ ਸਭ ਕੁਝ ਵਰਡ ਡਾਕੂਮੈਂਟ ਵਿੱਚ ਹੀ ਹੁੰਦਾ ਹੈ ਵਰਡ ਪ੍ਰੋਸੈਸਰ ਅਵੇਲੇਬਲ ਇਨ ਮਾਰਕੀਟ देयर ਆ ਸਮ ਆਫ ਦੀ ਕਾਮਨ ਵਰਡ ਪ੍ਰੋਸੈਸਿੰਗ ਐਪਲੀਕੇਸ਼ਨ ਅਵੇਲੇਬਲ ਇਨ ਦਾ ਮਾਰਕੀਟ ਲਾਈਬਰ ਆਫਿਸ ਰਾਈਟਰ ਗੂਗਲ ਡਾਕੂਮੈਂਟਸ ਮਾਈਕਰੋਸਾਫਟ ਵਰਡ ਓਪਨ ਆਫਿਸ ਰਾਈਟਰ ਨੋਟਪੈਡ ਮੋਸਟ ਆਫ ਦੀ ਫੰਕਸ਼ਨਸ ਆਫ 올 ਵਰਡ ਪ੍ਰੋਸੈਸਰ ਆਰ ਦ ਸੇਮ ਹੇਅਰ we will be using libre office writer to understand how a word processor works beta assi hun eh janange ki market de vich kide kide word processor applications available han sab to pehla hai libre office writer google document microsoft word open office writer notepad jyada tar sare hi word processor application software de ਫੰਕਸ਼ਨ ਲਗਭਗ ਇੱਕੋ ਜਿਹੇ ਹੀ ਹੁੰਦੇ ਹਨ ਹੁਣ ਅਸੀਂ ਵਰਡ ਪ੍ਰੋਸੈਸਰ ਦੇ ਫੰਕਸ਼ਨ ਸਮਝਣ ਲਈ ਲਾਈਬਰ ਆਫਿਸ ਰਾਈਟਰ ਦਾ ਇਸਤੇਮਾਲ ਕਰਾਂਗੇ ਗੈਟਿੰਗ ਸਟਾਰਟਡ ਵਿਦ ਲਾਈਬਰ ਆਫਿਸ ਰਾਈਟਰ ਲਾਈਬਰ ਆਫਿਸ ਰਾਈਟਰ ਨੂੰ ਇਸਤੇਮਾਲ ਕਰਨ ਦਾ ਤਰੀਕਾ ਉਹ ਬੰਤੂ ኦਪਰੇਟਿੰਗ ਸਿਸਟਮ ਕਮਸ ਵਿਦ ਪ੍ਰੀ ਇਨਸਟਾਲਡ ਲਾਈਬਰ ਆਫਿਸ ਹੈਂਸ ਟੂ ਸਟਾਰਟ ਲਾਈਬਰ ਆਫਿਸ ਰਾਈਟਰ ਇਨ ਉਬੰਤੂ ਸਿੰਪਲੀ ਕਲਿਕ ਲਾਈਬਰ ਆਫਿਸ ਰਾਈਟਰ ਆਈਕਨ ਇਨ ਲਾਂਚਰ ਔਨ ਦੀ ਲੈਫਟ ਹੈਂਡ ਸਾਈਡ ਆਫ ਦੀ ਸਕਰੀਨ this will start libre office writer and open a new document start typing to add text in new document ਉਹ ਬੰਤੂ ਇੱਕ ኦਪਰੇਟਿੰਗ ਸਿਸਟਮ ਸੌਫਟਵੇਅਰ ਹੈ ਇਸ ਸਿਸਟਮ ਵਾਲੇ ਕੰਪਿਊਟਰ ਵਿੱਚ ਲਾਈਬਰ ਆਫਿਸ ਰਾਈਟਰ ਪਹਿਲਾਂ ਤੋਂ ਹੀ ਪ੍ਰੀ ਇੰਸਟਾਲਡ ਹੁੰਦਾ ਹੈ ਲਾਈਬਰ ਆਫਿਸ ਰਾਈਟਰ ਨੂੰ ਸਟਾਰਟ ਕਰਨ ਲਈ ਸਭ ਤੋਂ ਪਹਿਲਾਂ ਲਾਈਬਰ ਆਫਿਸ ਸੌਫਟਵੇਅਰ ਦੇ ਆਈਕਨ ਤੇ ਡਬਲ ਕਲਿੱਕ ਕਰੋ ਇਸ ਉੱਪਰ ਕਲਿੱਕ ਕਰਨ ਨਾਲ ਲਾਈਬਰ ਆਫਿਸ ਰਾਈਟਰ ਖੁੱਲ ਜਾਵੇਗਾ ਤੇ ਤੁਸੀਂ ਇਸ ਵਿੱਚ ਕੁਝ ਵੀ ਲਿਖ ਸਕਦੇ ਹੋ ਤੇ ਐਡਿਟ ਕਰ ਸਕਦੇ ਹੋ ਲਾਈਬਰ ਆਫਿਸ ਰਾਈਟਰ ਦੀ ਵਿੰਡੋ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਜੋ ਸਫੇਦ ਕਲਰ ਦਾ ਏਰੀਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਉਹ ਤੁਹਾਡਾ ਰਾਈਟਿੰਗ ਏਰੀਆ ਹੈ ਇਸ ਵਾਈਟ ਸਕਰੀਨ ਦੇ ਉੱਪਰ ਦੀ ਸਾਈਡ ਜੋ ਛੋਟੇ-ਛੋਟੇ ਬਟਨ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਆਈਕਨ ਜਾਂ ਮੈਨੂ ਬਟਨ ਕਹਿੰਦੇ ਹਨ ਕ੍ਰੀਏਟਿੰਗ ਅ ਨਿਊ ਡਾਕੂਮੈਂਟ ਇਨ ਲਾਈਬਰ ਆਫਿਸ ਰਾਈਟਰ ਯੂ ਕੈਨ ਕ੍ਰੀਏਟ ਅ ਨਿਊ ਡਾਕੂਮੈਂਟ ਇਨ ਲਾਈਬਰ ਆਫਿਸ ਰਾਈਟਰ by clicking the new icon and then select text document you can use shortcut key control plus n to create a new document ਲਾਈਬਰ ਆਫਿਸ ਵਿੱਚ ਇੱਕ ਨਵਾਂ ਡਾਕੂਮੈਂਟ ਕਿਵੇਂ ਬਣਾਈਏ ਤੁਸੀਂ ਲਾਈਬਰ ਆਫਿਸ ਰਾਈਟਰ ਵਿੱਚ ਨਿਊ ਆਈਕਨ ਤੇ ਕਲਿੱਕ ਕਰਕੇ ਨਵਾਂ ਡਾਕੂਮੈਂਟ ਬਣਾ ਸਕਦੇ ਹੋ ਤੁਸੀਂ ਸ਼ਾਰਟਕਟ ਕੀ ਕੰਟਰੋਲ ਪਲੱਸ ਐਨ ਦਾ ਇਸਤੇਮਾਲ ਕਰਕੇ ਵੀ ਨਵਾਂ ਡਾਕੂਮੈਂਟ ਬਣਾ ਸਕਦੇ ਹੋ ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦਾ ਇਹ ਟੌਪਿਕ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਥੈਂਕ ਯੂ।